जी अस्सलाम वालेकुम जनाब जी, विजिट कर रहे हैं जनाब अमीनपुर मंगला मंडी। तो साढ़े चैनल के उत्ते जो नवे दोस्त है जनाब, साढ़े चैनल में सबसक्राइब करो, लाइक करो, वीडियो शेयर करो दोस्तों के नाल, ताकि शौक अगे वधे और लोगों को अवेयरनैस आए। तो लो जनाब, एक बंदा मंडी के बच्चे जानवर लैके खलोता है और वेचना जी वीर किन्ने का लिया जे? 1,20,000 का? 1,20,000 तो कि जगह तो आए जब? माशाल्लाह सुल्तान बाबू जी, 1,20,000 रुपये का जनाब ये बछेरा लिया है जी। तो बहन वास्ते शौक वास्ते लिया जी, रेड़े रूड़े पाने छोटा है बछेरा। लो जनाब, होर भी इतने जानवर आए हुए हैं, देखो नुकरी है, छापेदार लाल है, उस तो बाद अगे कुड़ी खड़ी है, तो अगे उत्ते चढ़ने तो इन्हों दे रेट शेट भी लैने, इन्ह का रेट शेट की है। तो लो जना नहर के उत्ते जी, नहर से चढ़न किन्ने पैसे वीर इन्हें? 1,70,000। 1,70,000 उम्र कि उम्र 10,000 महीने। पैसे तो बड़े मंगे नहीं भाई, 1,70,000 पैसे ज्यादा। 1,70,000 जी, वो नंबर नंबर है तेरा की नंबर है? 0302-76-93-464। 0302-76-93-464। तो कि जगह तो आया? जंग जंग। लो जी, 1,70,000 रुपये बहुत ज़्यादा पैसे ने जी। कि बंदे उंजी भुल जाते हैं कि असं पता नहीं कितने आए हैं। पर दो घोड़े खरीदो या दो घोड़े बेचो तो मालदार हो जाओ। कौन बनेगा करोड़पति में जनाब? इन्हों का वो जिमें कहते इंडिया वाले स्वागत है। तो लो जनाब माशाल्लाह, 1,70,000 का घोड़ा वेखो, सारा दिन ले फिरेगा। तो लो जी, कोई घोड़ा है वेखो, मुंडा बेचारा किन्ने पैसे? किन्ने पैसे? 1,00,000 रुपया। ठीक है, लो जी 1,00,000 रुपया। अ थोड़ा जहा टोर खां जी, टोर खां भाई 1,00,000 रुपया। बट तू मैं शकरगंजी बेचेगा, थोड़ा जगह करी मेरे लाते ना कड मारे। ठीक है जी, 1,00,000 रुपया। ठीक है जी, और जी लेट आया, बस लेट आया जी, लेट लेट को नहीं यार, बसा वाला ही बस और हड़ताल पई हुई है। लो जी, किन्ने पैसे वीर जी? अभी तक दसी चन किन्ने पैसे जी? बिस्मिल्ला जी, 2,00,000 रुपये। नेजाबाजी वाला की? अच्छा, तो काठी कुठी समेत? नहीं काठी तो बिना, काठी तो बिना 2,00,000 का। तो फाइनल किन्ने का? ਤੁਸੀਂ ਦੱਸ ਜਿੰਨੇ ਦਾ? ਤੇ ਉਮਰ ਕਿੰਨੀ ਕਹਿੰਦੇ? ਉਮਰ ਜੀ 7-8 ਸਾਲ। ਹੈ 3.5 ਸਾਲ। 3.5 ਸਾਲ ਬੱਚਾ ਜੀ? ਅੱਛਾ 3.5 ਸਾਲ ਜੀ। ਕੋਈ ਨੰਬਰ ਸ਼ੰਬਰ ਹੈਗਾ ਤੁਹਾਡਾ? ਜੀ ਹੈ ਜੀ। ਦੱਸੋ ਥੋੜਾ ਜਿਹਾ ਟੁਰ ਕੇ ਪੁੱਤ ਲੈ ਆਏ ਬਰੋ। ਐ ਚੱਲ ਤੇ ਖਾਟ ਵੇ ਜੀ। ਨੰਬਰ 0347 55 57 47 198 98। ਤੇ ਕਿਹੜੀ ਜਗ੍ਹਾ ਤੋਂ ਆਏ ਜੀ? 198 ਢੋਲ ਵਾਲਾ। 198 ਢੋਲ ਵਾਲਾ। ਤੇ ਨਾਂ ਕੀ ਤੁਹਾਡਾ? ਹਾਜੀ ਨੌਸ਼ੇਰ ਬੁਜਵਾਣਾ। ਬੁਜਵਾਣਾ, ਠੀਕ ਹੋ ਗਿਆ। ਲਓ ਜਨਾਬ, ਕਿੰਨੇ ਫਾਈਨਲ ਫਾਈਨਲ ਕਹਿ ਜੇ? 3,00,000 2,00,000 2,00,000 ਰੁਪਈਆ ਜੀ। 3 ਸਾਲ ਉਮਰ ਕਹਿ ਰਹੇ ਨੇ ਜਨਾਬ। ਹਾਈਟ ਜਿਹੜੀ ਇਹਦੀ ਕੋਈ 60 ਇੰਚ ਹੋਏਗੀ, ਕੱਦ 60 ਇੰਚ ਹੋਏਗਾ ਕਿ ਜ਼ਿਆਦਾ ਹੋਵੇਗਾ? ਜ਼ਿਆਦਾ ਹੋਏਗਾ, ਜ਼ਿਆਦਾ ਹੋਏਗਾ। ਲਓ ਜਨਾਬ, ਨੰਬਰ ਤੁਹਾਡੇ ਕੋਲ ਜਨਾਬ ਭਾਈ ਹੋਰਾਂ ਦਾ ਆ ਗਿਆ, ਇਹ ਓਨਰ ਹੈਗੇ ਜੀ। ਤੇ ਜੀ ਬਿਸਮਿਲਾ ਜਨਾਬ, 1 ਮਿੰਟ ਜ਼ਰਾ, 1 ਮਿੰਟ ਹੁਣ ਮੈਂ ਆਉਣਾ, ਹੁਣ ਤੈਨੂੰ ਟਾਈਮ ਦਿੱਤਾ ਨਹੀਂ ਮੈਂ, ਖਲੋ ਤਾਂ ਜਾਵੋ ਹੁਣ, ਮੈਨੂੰ ਵੀਡੀਓ ਦਾ ਐਂਡ ਤਾਂ ਕਰ ਲੈਣ ਦੇ, ਫਿਰ ਤੇਰਾ ਨੰਬਰ ਦੇ ਦੇਣਾ। ਅੱਛਾ ਜੀ, ਲਓ ਜੀ ਬੋਲ ਦਿਓ, ਇੱਥੇ ਖਲੋਤਾ ਹੀ ਬੋਲਦੇ, ਚੱਲ ਹੈ ਲੈ ਆ ਲੈ ਜੀ, ਬੋਲੋ ਨੰਬਰ ਭਾਅ ਜੀ। ਹਾਂ 3596। ਹਾਂ ਨਾਂ ਤੁਹਾਡਾ?
ਜ਼ਹੀਰ ਸ਼ਾਹ ਲਓ ਜਨਾਬ ਮਾਸ਼ਾਅੱਲਾ 1 ਲੱਖ ਰੁਪਏ ਦਾ ਜੀ 1 ਲੱਖ ਰੁਪਏ ਦਾ ਠੀਕ ਹੈ ਜੀ ਆ ਗਿਆ ਜਨਾਬ ਲਓ ਜੀ ਨੌਕਰੀ ਘੋੜੀ ਔਰਾਂ ਇੱਥੇ ਲੈ ਆਈਆਂ ਲਓ ਜਨਾਬ ਇੱਕ ਨੌਕਰੀ ਜੇ ਘੋੜੀ ਛਾਪੇਦਾਰ ਕਿੰਨੀ ਉਮਰ ਹੋ ਗਈ ਜੀ 2 ਸਾਲ ਜਵਾਕ ਲੱਗੀ ਕਦ ਕਿੰਨਾ ਕੁ ਹੋਏਗਾ 60 ਹੋਵੇਗਾ ਅਤੇ 6 ਕਿੱਠਾ ਸਾਢੇ ਛੇ ਅਤੇ ਕਿੰਨੇ ਪੈਸੇ ਅਸੀਂ ਸਾਹਮਣੇ ਲਿਆ ਸਾਢੇ ਤਿੰਨ ਲੱਖ ਰੁਪਏ ਲਓ ਜੀ 3.5 ਲੱਖ ਰੁਪਈਆ ਜੀ ਅਤੇ ਪੈਰ ਫੁੱਲ ਤੁਸੀਂ ਵੇਖੋ ਹੈ ਅਗਲੇ ਸੋਮਵੇ ਕੇ ਜੇ ਅਤੇ ਪਿਛੜੇ ਸੋਮਵੇ ਕੇ ਜੇ ਅਤੇ ਇਹ ਪਿੱਛੋਂ ਵੇਖੋ ਮਾਸ਼ਾਅੱਲਾ ਖੂਬਸੂਰਤ ਹੈਗੀ ਹੈ 3.5 ਲੱਖ ਰੁਪਈਆ ਸਾਢੇ 3 ਲੱਖ ਰੁਪਈਆ ਜੀ ਮੱਛੀ ਪਛੇਰੀ ਜੇ ਹੋਰ ਵੀ ਰਿਆਤ ਕਰ ਲਏਗਾ ਹੱਥ ਪੈਰ ਸਾਫ ਹੈਗੇ ਜੇ ਡਾਂਸ ਡੂਨਸ ਕਰਦੀ ਹੈ ਜਵਾਕ ਲੱਗੀ ਹੈ ਲਓ ਜੀ ਦੋਸਤ ਜਿਹੜੇ ਨੇ ਖਰੀਦਦਾਰ ਉਹ ਵੀ ਲੱਗੇ ਹੋਏ ਨੇ ਜਿਹੜੇ ਸ਼ੌਕ ਰੱਖਦੇ ਨੇ ਜਾਨਵਰ ਲੈਣ ਦਾ ਅਤੇ ਉਹਨਾਂ ਨੇ ਵੀ ਤਸਦੀਕ ਕਰ ਦਿੱਤੀ ਜੀ ਵਾਕਈ ਦੁਆਕ ਲੱਗੀ ਹੋਈ ਹੈ ਅਤੇ ਮਾਸ਼ਾਅੱਲਾ ਤੁਸੀਂ ਉਂਝ ਵੀ ਉਹਦੀ ਸ਼ਕਲ ਸੂਰਤ ਵੀ ਵੇਖੋ ਮਾਸ਼ਾਅੱਲਾ ਸੋਹਣੀ ਹੈਗੀ ਹੈ ਇੱਧਰ ਸਾਹਮਣੇ ਅਤੇ ਇਹਦੇ 3.5 ਲੱਖ ਰੁਪਈਆ ਕਹਿੰਦੇ ਪੈਂਦੇ ਕੋਈ ਰਹਿਤ ਵੀ ਹੈਗੀ ਇਹਦੇ ਅੱਛਾ ਨੰਬਰ ਦੱਸੋ ਆਪਣਾ 0342 ਹਾਂ 41 55 184 ਨਾਂ ਤੇਰਾ ਆਸਫ ਲਓ ਜੀ ਆਸਫ ਕੋਲ ਜਨਾਬ ਹੈਗੀ ਜੀ ਆਸਫ 3.5 ਲੱਖ ਰੁਪਏ ਜੀ ਲੋਕ ਜਿਹੜੇ ਹੈਗੇ ਨੇ ਦੋਸਤ ਉਹ ਵੇਖਦੇ ਪਏ ਨੇ ਇਹਦਾ ਕੱਦ ਵੀ ਨਾਪ ਰਿਹਾ 6 ਕਿੱਠਾ ਨੇ ਛਪੰਜਾ 57 ਬਣੇਗਾ ਮੇਰਾ ਖਿਆਲ ਲਓ ਜੀ 56 57 ਕਦ ਬਣੇਗਾ ਜਨਾਬ ਲਓ ਜੀ ਵਿਜ਼ਿਟ ਜਨਾਬ ਅਸੀਂ ਕਰ ਰਹੇ ਜੀ ਅਮੀਨਪੁਰ ਬੰਗਲਾ ਮੰਡੀ ਅਤੇ ਮਾਸ਼ਾਅੱਲਾ ਵੀਡੀਓ ਸਾਡੀ ਅੱਛੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਜਦ ਚਾਹੁੰਦੇ ਜਨਾਬ ਫਿਰ ਮੁਲਾਕਾਤ ਹੋਵੇਗੀ ਤੁਹਾਨੂੰ ਅੱਲਾਹ